ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ। ਸਵਾਗਤ ਕਰਦੇ ਹਾਂ ਅਤੇ ਰਿਕੁਐਸਟ ਕਰਦੇ ਹਾਂ ਕਿ ਇਸ ਵੀਡੀਓ ਦੇ ਆਖਰ ਤੱਕ ਜੁੜੇ ਰਹਿਣਾ। ਤਾਂ ਦੋਸਤੋ ਵੀਡੀਓ ਨੂੰ ਕਰ ਲੈਂਦੇ ਹਾਂ ਸ਼ੁਰੂ। ਦੋਸਤੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅਤੇ ਦੋਸਤੋ ਗੱਲ ਕਰਾਂਗੇ ਜੀ ਅਫਸਾਨਾ ਖਾਨ ਦੀ। ਦੋਸਤੋ ਅਫਸਾਨਾ ਖਾਨ ਉਹ ਨਾਮ ਜੋ ਕਿ ਅੱਜ ਇੱਕ ਚਮਕਦਾ ਸਤਾਰਾ ਬਣ ਚੁੱਕਿਆ ਹੈ ਅਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਅਫਸਾਨਾ ਖਾਨ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਅਗਰ ਅਫਸਾਨਾ ਖਾਨ ਦਾ ਅੱਜ ਐਡਾ ਵੱਡਾ ਨਾਮ ਹੈ ਤਾਂ ਦੋਸਤੋ ਇਸ ਦੇ ਪਿੱਛੇ ਅਫਸਾਨਾ ਖਾਨ ਦੀ ਕੀਤੀ ਹੋਈ ਸਖ਼ਤ ਮਿਹਨਤ ਹੈ। ਅਤੇ ਦੋਸਤੋ ਅਫਸਾਨਾ ਖਾਨ ਅੱਜ ਅਗਰ ਇਸ ਮੁਕਾਮ ਦੇ ਉੱਪਰ ਪਹੁੰਚੀ ਹੈ ਤਾਂ ਦੋਸਤੋ ਇਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਅਤੇ ਦੋਸਤੋ ਅਫਸਾਨਾ ਖਾਨ ਇਸ ਚੀਜ਼ ਨੂੰ ਮੰਨਦੀ ਵੀ ਹੈ। ਦੋਸਤੋ ਅਫਸਾਨਾ ਖਾਨ ਦਾ ਨਾਮ ਤਾਂ ਸਿੱਧੂ ਨਾਲ ਜੁੜਨ ਤੋਂ ਪਹਿਲਾਂ ਵੀ ਸੀ, ਪਰ ਦੋਸਤੋ ਐਡਾ ਵੱਡਾ ਮੁਕਾਮ ਅਫਸਾਨਾ ਖਾਨ ਦਾ ਨਹੀਂ ਸੀ ਜਿੱਡਾ ਕਿ ਉਸਦਾ ਨਾਮ ਅੱਜ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਣ ਚੁੱਕਿਆ ਹੈ। ਅਤੇ ਦੋਸਤੋ ਖੁਦ ਅਫਸਾਨਾ ਖਾਨ ਆਖ ਵੀ ਚੁੱਕੀ ਹੈ ਕਿ ਉਹ ਅੱਜ ਜੋ ਵੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੈ, ਜੋ ਵੀ ਕੁਝ ਉਸਨੇ ਬਣਾਇਆ ਹੈ, ਉਸ ਦੇ ਪਿੱਛੇ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਯੋਗਦਾਨ ਹੈ। ਅਗਰ ਉਸ ਨੂੰ ਸਿੱਧੂ ਮੂਸੇਵਾਲਾ ਧੱਕਾ ਗੀਤ ਗਾਉਣ ਦਾ ਮੌਕਾ ਨਾ ਦਿੰਦੇ ਤਾਂ ਸ਼ਾਇਦ ਅੱਜ ਉਹ ਐਡੇ ਵੱਡੇ ਮੁਕਾਮ ਦੇ ਉੱਪਰ ਨਹੀਂ ਹੋਣੀ ਸੀ। ਕਿਉਂਕਿ ਦੋਸਤੋ ਅਗਰ ਦੇਖਿਆ ਜਾਵੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਫੀਮੇਲ ਸਿੰਗਰ ਦੇ ਵਿੱਚ ਗੁਰਲੇਜ਼ ਅਖਤਰ ਤੋਂ ਬਾਅਦ ਅਫਸਾਨਾ ਖਾਨ ਦਾ ਹੀ ਨੰਬਰ ਆਉਂਦਾ ਹੈ। ਅਤੇ ਕਿਹਾ ਜਾਂਦਾ ਹੈ ਇੰਡਸਟਰੀ ਦੇ ਵਿੱਚ ਅੱਜ ਜਿੰਨਾ ਕੰਮ ਗੁਰਲੇਜ਼ ਅਖਤਰ ਦੇ ਕੋਲ ਹੈ, ਉਨੇ ਹੀ ਵੱਡੇ ਵੱਡੇ ਔਫਰ ਅਫਸਾਨਾ ਖਾਨ ਦੇ ਕੋਲ ਵੀ ਹਨ। ਤਾਂ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਕਿ ਗੁਰਲੇਜ਼ ਅਖਤਰ ਨੂੰ ਪੂਰੀ ਟੱਕਰ ਅੱਜ ਦੇ ਸਮੇਂ ਵਿੱਚ ਸਿਰਫ ਤੇ ਸਿਰਫ ਅਫਸਾਨਾ ਖਾਨ ਦੇ ਰਹੀ ਹੈ ਤਾਂ ਦੋਸਤੋ ਇਹ ਗਲਤ ਨਹੀਂ ਹੋਵੇਗਾ। ਅਤੇ ਇੱਕ ਸੰਯੋਗ ਇਹ ਵੀ ਹੈ ਜਿੱਥੇ ਅਫਸਾਨਾ ਖਾਨ ਦਾ ਨਾਮ ਸਿੱਧੂ ਮੂਸੇਵਾਲੇ ਨੇ ਬਣਾਇਆ ਅਤੇ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਗੁਰਲੇਜ਼ ਅਖਤਰ ਦੀ ਤਾਂ ਦੋਸਤੋ ਜੀ ਵੈਗਨ ਗਾ ਕੇ ਗੁਰਲੇਜ਼ ਅਖਤਰ ਨੇ ਵੀ ਬਹੁਤ ਪਬਲਿਸਿਟੀ ਖੱਟੀ। ਅਤੇ ਦੋਸਤੋ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦਾ ਯੋਗਦਾਨ ਹੈ ਕਿ ਅੱਜ ਗੁਰਲੇਜ਼ ਅਖਤਰ ਦਾ ਜਿੱਡਾ ਵੱਡਾ ਮੁਕਾਮ ਹੈ, ਉਸ ਦੇ ਪਿੱਛੇ ਜੀ ਵੈਗਨ ਗੀਤ ਦਾ ਵੀ ਬਹੁਤ ਵੱਡਾ ਹੱਥ ਹੈ। ਤਾਂ ਦੋਸਤੋ ਅੱਜ ਇਹ ਦੋਨੋਂ ਮਿਊਜ਼ਿਕ ਇੰਡਸਟਰੀ ਦੀਆਂ ਜੋ ਸੁਪਰ ਸਟਾਰ ਨੇ ਦੋਸਤੋ, ਇਹਨਾਂ ਨੂੰ ਬਣਾਉਣ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜਿਸ ਤਰ੍ਹਾਂ ਦੋਸਤੋ ਆਪਾਂ ਨੇ ਦੇਖਿਆ ਹੈ ਕਿ ਸਿੱਧੂ ਮੂਸੇਵਾਲਾ ਸ਼ੁਰੂ ਤੋਂ ਹੀ ਠੋਕ ਕੇ ਗੱਲ ਕਰਦਾ ਹੈ ਅਤੇ ਕਦੇ ਵੀ ਦੱਬ ਕੇ ਕਿਸੇ ਤੋਂ ਗੱਲ ਨਹੀਂ ਕਰਦਾ, ਉਸੇ ਤਰ੍ਹਾਂ ਅੱਜ ਕੱਲ੍ਹ ਸਿੱਧੂ ਮੂਸੇਵਾਲੇ ਦਾ ਰੰਗ ਅਫਸਾਨਾ ਖਾਨ ਦੇ ਉੱਪਰ ਵੀ ਚੜ੍ਹਿਆ ਹੋਇਆ ਹੈ। ਅਤੇ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਲਾਕਾਰਾਂ ਨਾਲ ਅਫਸਾਨਾ ਖਾਨ ਦੇ ਵਿਵਾਦ ਹੋਏ ਸੀ, ਉਹਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਅਫਸਾਨਾ ਖਾਨ ਨੇ ਟੱਕਰ ਲਈ ਅਤੇ ਦੋਸਤੋ ਅਫਸਾਨਾ ਖਾਨ ਨੇ ਕਈ ਰਿਪਲਾਈ ਵੀ ਕੀਤੇ। ਅਤੇ ਦੋਸਤੋ ਹੁਣ ਸਿੱਧੂ ਮੂਸੇਵਾਲਾ ਕੱਲ੍ਹ ਜਦੋਂ ਜੀਰਕਪੁਰ ਗਏ ਤਾਂ ਦੋਸਤੋ ਉਹਨਾਂ ਨੇ ਅਫਸਾਨਾ ਖਾਨ ਦੇ ਮੰਗੇਤਰ ਸਾਜ ਅਤੇ ਅਫਸਾਨਾ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਦੀਆਂ ਕੁਝ ਤਸਵੀਰਾਂ, ਕੁਝ ਯਾਦਾਂ ਅਫਸਾਨਾ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨਾਲ ਸਾਂਝਾ ਕੀਤੀਆਂ। ਅਤੇ ਦੋਸਤੋ ਨਾਲ ਹੀ ਅਫਸਾਨਾ ਖਾਨ ਦੇ ਮੰਗੇਤਰ ਸਾਜ ਨੇ ਵੀ ਸਿੱਧੂ ਮੂਸੇਵਾਲੇ ਦੇ ਨਾਲ ਇੱਕ ਯਾਦ, ਇੱਕ ਤਸਵੀਰ ਆਪਣੇ ਇੰਸਟਾ ਦੇ ਉੱਪਰ ਸਾਂਝਾ ਕੀਤੀ। ਅਤੇ ਦੋਸਤੋ ਇਸ ਦੇ ਨੀਚੇ ਇੱਕ ਬਹੁਤ ਮਜ਼ੇਦਾਰ ਕਮੈਂਟ ਆਇਆ, ਦੋਸਤੋ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ। ਇਸ ਦੇ ਵਿੱਚ ਇੱਕ ਵੀਰ ਨੇ ਸਾਜ ਨੂੰ ਲਿਖਿਆ ਕਿ ਉਸਤਾਦ ਬਹੁਤ ਕਿਸਮਤ ਵਾਲਾ ਵੀਰੇ, ਤੂੰ ਦਿਲੋਂ ਰਿਸਪੈਕਟ ਐਂਡ ਹਾਰਡ ਵਰਕ ਹੈ ਸਾਜ ਵੀਰ, ਤੁਹਾਡਾ ਜੋ ਸਿੱਧੂ ਮੂਸੇਵਾਲਾ ਮਿਲਣ ਆਇਆ, ਰਿਸਪੈਕਟ ਹੈ ਵੀਰੇ, ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ। ਬਿਲਕੁਲ ਦੋਸਤੋ ਇਹਨਾਂ ਦੀ ਗੱਲ ਠੀਕ ਸੀ, ਕਿਉਂਕਿ ਅਗਰ ਸਿੱਧੂ ਮੂਸੇਵਾਲਾ ਅੱਜ ਦਾ ਸਟਾਰ, ਅੱਜ ਦਾ ਉਹ ਸੁਪਰ ਸਟਾਰ ਜਿਸ ਦੇ ਨਾਲ ਕਿ ਲੋਕ ਇੱਕ ਤਸਵੀਰ ਖਿਚਾਉਣ ਨੂੰ ਉਤਾਵਲੇ ਹੋ ਜਾਂਦੇ ਹਨ, ਚਾਹੇ ਇੰਡੀਆ ਦੇ ਹੋਣ ਜਾਂ ਫਿਰ ਗੋਰੇ ਕਾਲੇ ਹੋਣ, ਉਹ ਅਗਰ ਕਿਸੇ ਨੂੰ ਮਿਲਣ ਕਿਸੇ ਦੇ ਘਰੇ ਜਾ ਰਿਹਾ ਹੈ ਤਾਂ ਦੋਸਤੋ ਸੱਚਮੁੱਚ ਹੀ ਉਹ ਬੰਦਾ ਬਹੁਤ ਕਿਸਮਤ ਵਾਲਾ ਹੈ ਜਿਸ ਨੂੰ ਕਿ ਸਿੱਧੂ ਮੂਸੇਵਾਲਾ ਖੁਦ ਚੱਲ ਕੇ ਮਿਲਣ ਗਿਆ ਹੈ। ਅਤੇ ਦੋਸਤੋ ਨਾਲ ਹੀ ਇੱਕ ਹੋਰ ਸੰਯੋਗ ਦੇਖੋ, ਜਿੱਥੇ ਕਿ ਸਿੱਧੂ ਮੂਸੇਵਾਲੇ ਦਾ ਜਨਮ ਦਿਨ 11 ਜੂਨ ਨੂੰ ਹੁੰਦਾ ਹੈ, ਉੱਥੇ ਹੀ ਦੂਸਰੇ ਪਾਸੇ ਅਫਸਾਨਾ ਖਾਨ ਦਾ 13 ਜੂਨ ਨੂੰ ਜਨਮ ਦਿਨ ਹੁੰਦਾ ਹੈ। ਅਤੇ ਇਸ ਨੂੰ ਲੈ ਕੇ ਵੀ ਕੁਝ ਲੋਕਾਂ ਨੇ ਕਈ ਸਵਾਲ ਅਫਸਾਨਾ ਖਾਨ ਨੂੰ ਪੁੱਛੇ ਅਤੇ ਅਫਸਾਨਾ ਖਾਨ ਨੇ ਵੀ ਵਿੱਚ ਰਿਪਲਾਈ ਦਿੱਤੇ। ਦੋਸਤੋ ਸਿੱਧੂ ਮੂਸੇਵਾਲੇ ਦੇ ਨਾਲ ਇਹ ਪੋਸਟਾਂ ਚਾਹੇ ਅਫਸਾਨਾ ਖਾਨ ਨੇ ਆਪਣੀ ਆਈਡੀ ਦੇ ਉੱਪਰ ਪਾਈਆਂ ਸੀ, ਪਰ ਦੋਸਤੋ ਉੱਥੇ ਸਿਰਫ ਤੇ ਸਿਰਫ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਹੋ ਰਹੀਆਂ ਸੀ ਅਤੇ ਸਿੱਧੂ ਮੂਸੇਵਾਲੇ ਦਾ 11 ਜੂਨ ਨੂੰ ਜੋ ਜਨਮ ਦਿਨ ਆ ਰਿਹਾ ਹੈ ਉਸ ਨੂੰ ਲੈ ਕੇ ਸਿੱਧੂ ਦੇ ਚਾਹੁਣ ਵਾਲਿਆਂ ਵਿੱਚ ਚਰਚਾ ਬਣੀ ਹੋਈ ਹੈ ਕਮੈਂਟ ਬਾਕਸ ਦੇ ਵਿੱਚ। ਬਾਕੀ ਦੋਸਤੋ ਲੋਕ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਕੇਕ ਕੱਟਣ ਦੀਆਂ ਤਿਆਰੀਆਂ ਵੀ ਕਰ ਰਹੇ ਹਨ, ਪਰ ਦੋਸਤੋ ਉੱਥੇ ਹੀ ਦੂਸਰੇ ਪਾਸੇ ਇਸ ਵਾਰ ਜੋ ਮਹਾਮਾਰੀ ਚੱਲ ਰਹੀ ਹੈ ਇਸ ਨੂੰ ਦੇਖਦੇ ਹੋਏ ਕੁਝ ਲੋਕ ਨਿਰਾਸ਼ ਵੀ ਹਨ। ਨਹੀਂ ਤਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਲੋਕਾਂ ਦਾ ਕਿੱਡਾ ਵੱਡਾ ਇਕੱਠ ਹੋ ਜਾਂਦਾ ਹੈ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ, ਪਰ ਦੋਸਤੋ ਇਸ ਵਾਰ ਮਹਾਮਾਰੀ ਹੈ ਅਤੇ ਦੋਸਤੋ ਪ੍ਰਸ਼ਾਸਨ ਦੀਆਂ ਕੁਝ ਕੜੀਆਂ ਸ਼ਰਤਾਂ ਵੀ ਹਨ। ਤਾਂ ਦੋਸਤੋ ਇਹ ਸੀ ਇੱਕ ਅਪਡੇਟ, ਹੁਣ ਮਿਲਾਂਗੇ ਜਲਦ ਹੀ ਤੁਹਾਨੂੰ ਕਿਸੇ ਹੋਰ ਨਵੀਂ ਜਾਣਕਾਰੀ ਨਾਲ।